ਭਾਈ ਕਿੱਥੇ ਚੱਲੇ ਆ? ਯਾਰ ਯਾਰ ਚੱਲ ਰਹੇ ਕੀ ਲੈਣ? ਪੇਸਟੀ ਪੇਸਟੀ ਹੋ ਇਹਨੇ ਤਾਂ ਬਸ ਖਾਣ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਹੁੰਦੀ। ਬੱਦਲ ਬਹੁਤ ਜ਼ਿਆਦਾ ਹੋਇਆ, ਬਾਰਿਸ਼ ਕਦੀ ਵੀ ਆ ਸਕਦੀ ਹੈ। ਅਸੀਂ ਜਾਣ ਡਿਆ ਬਾਜ਼ਾਰ। ਰੀਤ ਤੁਹਾਡੇ ਪਾਪਾ ਕਿੱਥੇ ਗਏ? ਜੂਸ ਲੈਣ। ਜੂਸ ਲੈਣ ਗਏ ਕਿਹਦੇ ਲਈ? ਸਾਡੇ ਵਾਸਤੇ। ਸਾਡੇ ਵਾਸਤੇ ਠੀਕ, ਤੁਸੀਂ ਪੀਣਾ ਜੂਸ? ਹਾਂ ਦੱਸੋ ਜੂਸ ਪੀਣਾ ਜੇ? ਹਾਂਜੀ। ਕਿਹੜਾ ਜੂਸ ਪੀਣਾ? ਔਰੇਂਜ ਵਾਲਾ। ਔਰੇਂਜ ਵਾਲਾ, ਔਰੇਂਜ ਜੂਸ ਠੀਕ ਆ। ਇਹ ਤਾਂ ਡੋਲ ਨਾ ਲਿਓ, ਪੀ ਲਓ ਆਰਾਮ ਨਾਲ। ਠੀਕ ਆ। ਕਰਦੀਆਂ ਕਿੰਨੀਆਂ ਸਿਆਣੀਆਂ ਹੁੰਦੀਆਂ, ਮਿਹਨਤ ਕਰਦੀਆਂ ਕਿਤੇ। ਕਿੰਨਾ ਦੀ? ਪਹਿਲਾਂ ਜੂਸ ਕੱਢਣ ਡਿਆ ਸੀ। ਹਾਂ ਕਰਦੀਆਂ ਕਿੰਨੀਆਂ ਸਿਆਣੀਆਂ ਹੁੰਦੀਆਂ, ਕੰਮ ਕਿਤੇ ਕਰਦੀਆਂ ਆ। ਇੱਥੇ ਮੈਨੂੰ ਸਰਦਾਰ ਜੀ ਹੁਣੀ ਪੁੱਛਣ ਡਏ ਵੀ ਕਿਹੜੇ ਕਲਰ ਦਾ ਸੂਟ ਲੈਣਾ, ਅਤੇ ਮੈਂ ਵੀ ਉਹ ਉੱਥੇ ਜਾ ਕੇ ਪਤਾ ਲੱਗੇਗਾ ਵੀ ਕਿਹੜਾ ਕਲਰ ਜਿਹੜਾ ਸਿਲੈਕਟ ਕਰਨੇ ਆ। ਪਹੁੰਚ ਚੁੱਕੇ ਹਾਂ ਜੀ ਅਸੀਂ ਚੋਪੜਾ ਕਲੋਥ ਹਾਊਸ। ਮੇਰਾ ਜਿਹੜਾ ਸੂਟ ਸੀ ਉਹ ਜਲਦੀ ਜਲਦੀ ਸਿਲੈਕਟ ਕਰ ਲਿਆ, ਕਲਰ ਵੀ ਕੱਪੜਾ ਵੀ। ਉਸ ਵਾਸਤੇ ਦਾ ਜੀ ਆਪਣਾ ਸੂਟ ਪਸੰਦ ਜਿਹੜਾ ਉਹ ਸਿਲੈਕਟ ਕਰਨ ਡੇ। ਕੱਪੜੇ ਨਹੀਂ ਲੈ ਕੇ ਚੱਲ ਪਏ ਗੱਡੀ ਵੱਲ ਨੂੰ। ਰੀਤ ਕਹਿੰਦੇ ਮੈਂ ਪੋਲੀਥੀਨ ਫੜਨਾ। ਚੋਪੜਾ ਕਲੋਥ ਹਾਊਸ ਬਜਨਾਲਾ, ਇੱਥੋਂ ਅਸੀਂ ਹਮੇਸ਼ਾ ਹੀ ਕੱਪੜੇ ਜਿਹੜੇ ਬਾਏ ਕਰਨੇ ਜਾਂ ਅੰਮ੍ਰਿਤਸਰ ਤੋਂ। ਸੂਟ ਪਸੰਦ ਆ ਗਿਆ ਸੂਟ ਮੈਨੂੰ ਜਿਹੜਾ ਉਹਨਾਂ ਨੇ ਸਰਦਾਰ ਜੀ ਹੁਣੀ ਲੈਣ ਗਏ ਆ ਬੇਕਰੀ ਤੋਂ ਪੇਸਟੀ ਰੀਤਲੀ, ਤੇ ਨਾਲੇ ਪੈਟੀ ਕਹਿਣ ਡੇ ਸੀ ਖਾਣੀ ਆ। ਸੂਟ ਜਿਹੜਾ ਉਹ ਮੈਨੂੰ ਆ ਗਿਆ ਪਸੰਦ, ਤੇ ਮੈਂ ਆਪਣਾ ਸੂਟ ਜਿਹੜਾ ਉਹ ਲੈ ਲਿਆ ਚੋਪੜਾ ਕਲੋਥ ਹਾਊਸ ਤੋਂ। ਸੂਟ ਜਿਹੜਾ ਮੈਂ ਸਟਿੱਚ ਕਰਨ ਲਈ ਵੀ ਦੇ ਦਿੱਤਾ ਹੈ, ਕਿਉਂਕਿ ਅਸੀਂ ਕਰਨੀ ਹੈ ਮੈਰਿਜ ਅਟੈਂਡ। ਉੱਨੀ ਦੇਰ ਤੱਕ ਮਹਾਂ ਸੂਟ ਜਿਹਾ ਸਟਿੱਚ ਹੋ ਕੇ ਉੱਨੀ ਦਿਨਾਂ ਤੱਕ ਮਿਲਣਾ ਹੀ ਆ। ਅਤੇ ਸਰਦਾਰ ਜੀ ਹੁਣਾਂ ਲਿਆ ਆਪਣਾ ਕੁੜਤਾ ਪਜਾਮਾ, ਉਹਨਾਂ ਨੇ ਅਜੇ ਸਟਿੱਚ ਹੋਣ ਲਈ ਦੇਣਾ ਹੈ, ਉਹ ਕੱਲ੍ਹ ਦੇ ਕੇ ਜਾਣਗੇ। ਜਿਹੜਾ ਸਾਡਾ ਰੀਤ ਪੁੱਤ ਹੈ ਇਹਨੂੰ ਬਸ ਖਾਣ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਆਉਂਦੀ। ਇਹ ਕਹਿਣ ਡੇ ਆਉਂਦੇ ਟਾਈਮ ਵੀ ਕਹਿੰਦੇ ਪਏ ਪੇਸਟੀਸ ਲੈਣੀਆਂ, ਪੇਸਟੀਸ ਲੈਣੀਆਂ। ਹੁਣ ਇਹਨੂੰ ਪੇਸਟੀਸ ਲੈ ਕੇ ਦੇਣ ਲੱਗੀ ਆ, ਨਾਲੇ ਖਾਣਗੇ ਸਾਰੇ ਜਾਣੇ ਪੈਟੀਆਂ। ਸਰਦਾਰ ਜੀ ਲੈਣ ਗਏ ਆ ਰੀਤ ਨੂੰ ਪੇਸਟੀਸ ਲਿਆਤੀਆਂ, ਉਸ ਤੋਂ ਬਾਅਦ ਵਿੱਚ ਪੈਟੀਸ ਕਰਦੀਆਂ ਸਾਰਿਆਂ ਨੇ, ਤੇ ਹੁਣ ਰੀਤ ਨੂੰ ਲਿਆ ਕੇ ਦਿੱਤੇ ਨੇ ਔਰੇਂਜ ਚੀਕੂ। ਰੀਤ ਬਹੁਤ ਖੁਸ਼ ਨੇ। ਰੀਤ ਦੇ ਪਾਪਾ ਹੁਣ ਪਤਾ ਨਹੀਂ ਕਿਹੜਾ ਸਮਾਨ ਲੈਣ ਗਏ ਸ਼ੋਪ ਤੋਂ।
ਹੁਣ ਅਸੀਂ ਲੱਗੇ ਹਾਂ ਬ੍ਰੈਡ ਚਣੇ ਖਾਣ। ਤੈਨੂੰ ਤਾਂ ਆਪਣੀ ਪੇਸਟੀ ਸਿੱਟੀ ਪਈ ਹੋਈ ਆ, ਉਹ ਲੈ ਕੇ ਚੱਲ ਗਈ ਬੋਕਸ। ਇਹਨਾਂ ਤੋਂ ਕੋਈ ਗੱਡੀ ਦਾ ਸਮਾਨ ਵੀ ਨਹੀਂ ਕਢਾ ਕੇ ਲਿਆਉਂਦਾ। ਹੁਣ ਮੈਂ ਲੈ ਕੇ ਆਈ ਹਾਂ ਕੱਪੜਿਆਂ ਵਾਲਾ ਪੋਲੀਥੀਨ, ਹੁਣ ਬਾਕੀ ਮੈਂ ਲੈ ਕੇ ਆਉਂਦੀ ਹਾਂ ਫਰੂਟਸ। ਮੈਂ ਨਾ ਸਮਾਨ ਲੈਣ ਆ ਗਈ। ਚਲੋ ਰੱਖੋ ਰੱਖੋ, ਬਾਕੀ ਮੈਂ ਲੈ ਕੇ ਆਉਂਦੀ। ਅਤੇ ਔਰੰਜ ਚੀਕੂ ਇੱਥੇ ਰੱਖ ਦਿਓ, ਬਾਅਦ 'ਚ ਮੈਂ ਰੱਖ ਦਾਂਗੀ ਫਰੂਟ ਬਾਸਕਿਟ ਵਿੱਚ। ਚਲੋ ਭੁੱਖੜ ਪੁੱਤ, ਪੂਰੀ ਇੱਕ ਪੇਸਟੀ ਚੱਕ ਵੀ ਗਏ ਨੇ, ਆਉਂਦੇ ਫੱਟੇ ਚੱਕਦੇ ਪੇਸਟੀ ਦੇ। ਚਾਹ ਗਈ ਹੈ ਬਾਣ, ਹੁਣ ਪੀਂਦੇ ਹਾਂ ਚਾਹ। ਠੰਡ ਲੱਗਣ ਡੀ ਹੈ, ਬਾਰਿਸ਼ ਜਿਹੜੀ ਹੋਣ ਡੀ, ਸਵੇਰ ਦੀ ਬਾਰਿਸ਼ ਤੋਂ ਬਾਅਦ 'ਚ ਰੁਕ ਗਈ ਸੀ। ਹੁਣ ਕਿੱਧਰ ਆਏ ਤੁਸੀਂ, ਕਿੱਧਰ ਆਏ? ਮੈਂ ਖਾਣ ਲੱਗੀ, ਨਾਲੇ ਚਾਹ ਪੀਣ ਲੱਗੀ। ਤੁਸੀਂ ਖਾਣੀ? ਖਾ ਲਈਆਂ ਪੇਸਟੀਆਂ, ਹੁਣ ਮੈਂ ਵੀ ਲੱਗੀ ਖਾਣ। ਚਾਹ ਪੀਂਦੇ ਹਾਂ, ਪੇਸਟੀ ਖਾਂਦੇ ਹਾਂ। ਸਾਨੂੰ ਤਾਂ ਅੱਗੇ ਸਾਡੇ ਰਿਸ਼ਤੇਦਾਰ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਖਾਂਦੇ ਹੋ, ਰਾਤ ਦਿਨ ਬਸ ਖਾਂਦੇ ਰਹਿੰਦੇ, ਜਦੋਂ ਤੱਕ ਰਾਤ ਨੂੰ ਸੌਂ ਨਹੀਂ ਜਾਂਦੇ ਉਦੋਂ ਤੱਕ ਖਾਈ ਜਾਂਦੇ, ਬਸ ਖਾਈ ਜਾਂਦੇ ਹੋ। ਕੀ ਕਰੀਏ ਫਿਰ, ਖਾਣ ਨੂੰ ਦਿਲ ਕਰਦਾ ਤਾਂ ਫਿਰ ਖਾਂਦੇ ਰਹਿੰਦੇ ਹਾਂ। ਹੁਣ ਚਾਹ ਪੀ ਕੇ ਪੇਸਟੀ ਖਾ ਕੇ ਫਿਰ ਦੇਖਦੇ ਹਾਂ ਕੀ ਬਣਾਉਣਾ ਰੋਟੀ ਵਿੱਚ। ਨਮਕੀਨ ਰਾਈਸ ਇਹ ਹੈ ਕਿ ਜਲਦੀ ਬਣ ਜਾਣੇ ਆ, ਹੋਰ ਜੇ ਕੋਈ ਬਣਾਵਾਂਗੇ ਸਬਜ਼ੀ ਜਾਂ ਦਾਲ ਟਾਈਮ ਲੱਗ ਜਾਣਾ। ਨਾਲੇ ਸਾਰਿਆਂ ਨੇ ਇੰਨਾ ਕੁਛ ਤਾਂ ਖਾਧਾ ਹੈ, ਸਾਰੇ ਕਹਿੰਦੇ ਹਲਕਾ ਫੁਲਕਾ ਖਾਂਦੇ। ਰੀਤ ਰੀਤੇ ਪਾਪਾ ਵੀ ਕਹਿੰਦੇ ਵੀ ਨਮਕੀਨ ਰਾਈਸ ਬਣਾ ਲਓ। ਭੁੱਖੜ ਕੁੜੀ ਕੀ ਖਾਣ ਡੀ ਆ? ਅੰਗੂਰ। ਅੰਗੂਰ ਖਾਂਦੇ? ਇੱਧਰ ਬਣਨ ਲੱਗੇ ਜੀ ਨਮਕੀਨ ਰਾਈਸ। ਆਲੂ ਜਿਹੜੇ ਉਹ ਕੱਟ ਕਰ ਲਏ ਆ, ਇੱਧਰ ਪਿਆਜ਼ ਵੀ ਕੱਟ ਕਰ ਲਿਆ, ਅਦਰਕ ਹਰੀ ਮਿਰਚ ਚੌਪ ਕਰ ਲਵਾਂਗੇ, ਇੱਕ ਨਿੰਬੂ ਵੀ ਐਡ ਕਰਾਂਗੇ, ਸਭ ਜੀਰਾ ਜਿਹੜਾ ਐਡ ਕਰ ਲੈਂਦੇ ਹਾਂ। ਜੀਰਾ ਫਰਾਈ ਹੋ ਗਿਆ, ਹੁਣ ਪਿਆਜ਼ ਐਡ ਕਰ ਦਿੰਦੇ ਹਾਂ। ਪਿਆਜ਼ ਅਦਰਕ ਹਰੀ ਮਿਰਚ ਹੋ ਚੁੱਕੀ ਹੈ ਫਰਾਈ, ਹੁਣ ਕੱਟਿਆ ਹੋਇਆ ਇੱਕ ਟਮਾਟਰ ਜਿਹੜਾ ਉਹ ਐਡ ਕਰ ਦੇਵਾਂਗੇ। ਹੁਣ ਕੱਟਿਆ ਹੋਇਆ ਇੱਕ ਆਲੂ ਜਿਹੜਾ ਐਡ ਕਰ ਦਿੱਤਾ, ਐਡ ਕਰਾਂਗੇ ਨਮਕ, ਗਰਮ ਮਸਾਲਾ, ਲਾਲ ਮਿਰਚ ਪਾਊਡਰ ਥੋੜ੍ਹਾ ਜਿਹਾ, ਇੱਕ ਗਲਾਸ ਜਿਹੜੇ ਰਾਈਸ ਵਾਸ਼ ਕਰਕੇ ਰੱਖਣੀ ਉਹ ਐਡ ਕਰ ਦਿੱਤੀ, ਦੋ ਗਲਾਸ ਪਾਣੀ ਜਿਹੜਾ ਉਹ ਐਡ ਕਰ ਦੇਵਾਂਗੇ। ਹੁਣ ਇੱਕ ਇਹਦੇ ਵਿੱਚ ਨਿੰਬੂ ਜਿਹੜਾ ਉਹ ਨਿਚੋੜ ਲਵਾਂਗੇ। ਨਿੰਬੂ 'ਚ ਜਿਹੜੇ ਬੀਜ ਸੀ ਨਿੰਬੂ ਤੋਂ ਪਹਿਲਾਂ ਅਸੀਂ ਚਾਕੂ ਦੀ ਹੈਲਪ ਦੇ ਨਾਲ ਕੱਢ ਲਏ ਆ। ਕੁੱਕਰ ਦਾ ਲਿਡ ਜਿਹੜਾ ਕਲੋਜ਼ ਕਰ ਦਿੱਤਾ, ਹੁਣ ਦੋ ਵਿਸਲਾਂ ਲਗਵਾ ਲਵਾਂਗੇ। ਆਪਣੇ ਕੋਲ ਮਟਰ ਨਹੀਂ ਸਨ, ਨਹੀਂ ਤਾਂ ਮਟਰ ਵੀ ਵਿੱਚ ਐਡ ਕਰਨੇ ਸੀ।
ਕੁੱਕਰ ਦਾ ਲਿਡ ਜਿਹੜਾ ਕਰ ਲਿਆ ਓਪਨ। ਹੁਣ ਇਹਦੇ ਵਿੱਚ ਥੋੜ੍ਹਾ ਦੇਸੀ ਘੀ ਐਡ ਕਰ ਲੈਂਦੇ ਹਾਂ। ਰਾਈਸ ਵਿੱਚ ਦੇਸੀ ਘੀ ਐਡ ਕਰਤਾ, ਹੁਣ ਮਿਕਸ ਕਰ ਲਵਾਂਗੇ। ਇੱਧਰ ਮੈਂ ਨਾਲ ਦੀ ਨਾਲ ਬਰਤਨ ਵੀ ਨੀਟ ਐਂਡ ਕਲੀਨ ਕਰਕੇ ਰੱਖ ਲਏ ਆ। ਨਮਕੀਨ ਰਾਈਸ ਜਿਹੜੇ ਆ ਤੁਹਾਨੂੰ ਦੇ ਕੇ ਉਹਨੇ ਸਰਦਾਰ ਜੀ ਨੂੰ ਤੇ ਰੀਤ ਨੂੰ, ਜਿਹੜੇ ਕਿੰਨੂ ਨੇ ਉਹਨਾਂ ਨੂੰ ਪੋਲੀਥੀਨ ਵਿੱਚੋਂ ਕੱਢ ਕੇ ਰੱਖ ਲੈਂਦੇ ਹਾਂ। ਇੱਧਰ ਫਰੂਟ ਬਾਸਕਿਟ ਵਿੱਚ ਰੱਖ ਦਿੱਤੇ ਨੇ ਚੀਕੂ, ਅਤੇ ਇੱਧਰ ਇਸ ਚੀਕੂ ਵਿੱਚ ਰੱਖ ਦਿੱਤੇ ਨੇ ਕਿੰਨੂ।